ਅੱਜ ਦੀ ਅੰਜੀਲ ਦੀ ਆਖਰੀ ਵਚਨ ਲੂਕਾ 4:30 ਹੈ। ਇਹ ਵਚਨ ਡੂੰਘੀ ਸੱਚਾਈ ਨੂੰ ਦਰਸਾਉਂਦਾ ਹੈ ਕਿ ਮਨੁੱਖੀ ਵਿਰੋਧ ਦੁਆਰਾ ਖੁਦਾ ਦੇ ਮਕਸਦ ਨੂੰ ਅਸਫਲ ਨਹੀਂ ਕੀਤਾ ਜਾ ਸਕਦਾ। ਯੇਸੂ ਆਪਣੇ ਮਿਸ਼ਨ ਤੋਂ ਪੂਰੀ ਤਰ੍ਹਾਂ ਜਾਣੂ ਹੋ ਕੇ ਸ਼ਾਂਤ ਅਤੇ ਦ੍ਰਿੜਤਾ ਨਾਲ ਦੁਸ਼ਮਣੀ ਦੇ ਸਾਹਮਣੇ ਅੱਗੇ ਵਧਦਾ ਹੈ। ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਜਦੋਂ ਅਸੀਂ ਖੁਦਾ ਦੀ ਇੱਛਾ ਨਾਲ ਜੁੜ ਜਾਂਦੇ ਹਾਂ ਤਾਂ ਅਸੀਂ ਮੁਸ਼ਕਲ ਜਾਂ ਖਤਰਨਾਕ ਸਥਿਤੀਆਂ ਵਿੱਚ ਵੀ ਉਸ ਦੀ ਸੁਰੱਖਿਆ ਅਤੇ ਮਾਰਗਦਰਸ਼ਨ ਵਿੱਚ ਭਰੋਸਾ ਕਰ ਸਕਦੇ ਹਾਂ। ਇਸ ਲਈ ਯੇਸੂ ਦਾ ਸ਼ਾਂਤਮਈ ਅਤੇ ਆਧਿਕਾਰਿਕ ਜਵਾਬ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਇਹ ਵਚਨ ਸਾਨੂੰ ਸੱਦਾ ਦਿੰਦਾ ਹੈ। ਅਸੀਂ ਪ੍ਰਾਰਥਨਾ ਕਰੀਏ, ਮੇਰੇ ਪ੍ਰਭੂ ਯੇਸੂ, ਅੱਜ ਮੈਨੂੰ ਖੁਦਾ ਦੇ ਸਮੇਂ ਉੱਤੇ ਭਰੋਸਾ ਕਰਕੇ ਅਤੇ ਵਿਸ਼ਵਾਸ ਨਾਲ ਉਸਦੇ ਮਾਰਗ ਉੱਤੇ ਚੱਲ ਕੇ ਜੀਵਨ ਦੀ ਕਿਰਪਾ ਪ੍ਰਦਾਨ ਕਰ, ਇਹ ਜਾਣਦੇ ਹੋਏ ਕਿ ਖੁਦਾ ਹਮੇਸ਼ਾ ਨਿਯੰਤਰਣ ਵਿੱਚ ਹੈ ਭਾਵੇਂ ਹਾਲਾਤ ਕੋਈ ਵੀ ਹੋਣ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।